ਉਧਰ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਹ ਰੋਜ਼ਾਨਾ ਸੁਣਵਾਈ ਲਈ ਤਿਆਰ ਨੇ। ਨਾਲ ਹੀ ਖਹਿਰਾ ਨੇ ਇਹ ਵੀ ਕਹਿ ਦਿੱਤਾ ਕਿ ਹਰ ਮਾਮਲੇ ਦੀ ਸੁਣਵਾਈ ਹੋਣੀ ਚਾਹੀਦੀ ਹੈ, ਸਿਰਫ ਚੋਣਵੇਂ ਮਾਮਲਿਆਂ ਦੀ ਨਹੀਂ ਹੋਣੀ ਚਾਹੀਦੀ। ਉਧਰ ਆਸ਼ੀਸ਼ ਖੇਤਾਨ ਨੇ ਜਾਣ ਬੁੱਝ ਕੇ ਅਦਾਲਤ ਦੇ ਵਿੱਚ ਪੇਸ਼ ਨਾ ਹੋਣ ਤੇ ਸੁਖਪਾਲ ਖਹਿਰਾ ਨੇ ਕਿਹਾ ਕਿ ਜੇਕਰ ਮਜੀਠੀਆ ਕੋਈ ਸਬੂਤ ਹੈ ਤਾਂ ਅਗਲੀ ਸੁਣਵਾਈ ਦੇ ਦੌਰਾਨ ਅਦਾਲਤ ਦੇ ਵਿੱਚ ਪੇਸ਼ ਕਰਨ। ਤੇ ਕਰ ਲੈਣ, ਕਿਸੇ ਨੂੰ ਕੀ ਇਤਰਾਜ਼ ਹੈਗੇ ਅਗਰ ਉਹ ਕੋਰਟ ਨੂੰ ਕਨਵਿੰਸ ਕਰ ਸਕਦੇ ਨੇ ਕਿ ਡੇ ਟੂ ਡੇ ਹੇਅਰਿੰਗ ਹੋਣੀ ਚਾਹੀਦੀ। ਆਮ ਆਦਮੀ ਪਾਰਟੀ ਨੂੰ ਇਸ ਗੱਲ ਦੀ ਕੀ ਇਤਰਾਜ਼ ਹੈ? ਲੇਕਿਨ ਕਿਉਂ ਇਕੱਲੇ ਬਿਕਰਮ ਮਜੀਠੀਆ ਦਾ ਕੇਸ ਅਤੇ ਉਹਦੀ ਕੰਪਲੇਂਟ ਡੇ ਟੂ ਡੇ ਹੋਵੇ? ਜਿਹੜੇ ਹਜ਼ਾਰਾਂ ਲੱਖਾਂ ਕੇਸ ਇਸ ਮੁਲਕ ਦੇ ਵਿੱਚ ਜੁਡੀਸ਼ਰੀ ਦੇ ਸਲੋ ਪ੍ਰੋਸੈਸ ਕਰਕੇ ਲਟਕਦੇ ਆਉਂਦੇ ਨੇ, ਗਰੀਬ ਆਦਮੀਆਂ ਦੇ ਜਿਹੜੇ ਲੋਕ 25-25, 30-35 ਸਾਲ ਤੋਂ ਲਿਟੀਗੇਸ਼ਨ ਕਰ ਰਹੇ ਨੇ, ਉਹਨਾਂ ਲਈ ਕੋਈ ਕਾਨੂੰਨ ਨਹੀਂ ਹੋਣਾ ਚਾਹੀਦਾ? ਜਿਹੜਾ ਆਸ਼ੀਸ਼ ਖੇਤਾਨ ਨੇ ਇੱਕ ਐਪਲੀਕੇਸ਼ਨ ਮੂਵ ਕੀਤੀ ਹੈ ਕੋਰਟ ਵਿੱਚ ਕਿ ਕਿਸੇ ਕਾਰਨਾਂ ਕਰਕੇ, ਭਾਵਾਂ ਹੈਲਥ ਗਰਾਊਂਡ ਸੀਗੇ, ਉਹਨਾਂ ਨੇ ਐਗਜ਼ੈਂਪਸ਼ਨ, ਕੋਰਟ ਨੇ ਐਗਜ਼ੈਂਪਸ਼ਨ ਦਿੱਤੀ ਹੈ ਕਿ ਬਿਕਰਮ ਹੁਣ ਕੋਰਟ ਦੀ ਐਗਜ਼ੈਂਪਸ਼ਨ ਨੂੰ ਚੈਲੰਜ ਕਰ ਰਿਹਾ, ਰਿਕਾਰਡ ਘਟਾ ਕੇ ਅਗਲੀ ਵਾਰੀ ਕੋਰਟ ਦੇ ਸਾਹਮਣੇ ਰੱਖ ਦੇਣ। ਲੈਟ ਦ ਕੋਰਟ ਡਿਸਾਈਡ ਵੈਦਰ ਆਸ਼ੀਸ਼ ਖੇਤਾਨ ਵਾਜ਼ ਐਕਚੁਅਲੀ ਇਲ ਔਰ ਨੋਟ ਇਲ।